ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ। ਅਤੇ ਹੁਣ ਜੀ ਦੁਪਹਿਰ ਦਾ ਟਾਈਮ ਹੈ ਅਤੇ ਮੈਂ ਆ ਚੁੱਕੀ ਹਾਂ ਸਕੂਲ ਤੋਂ ਘਰ, ਅਤੇ ਅੱਜ ਦੀ ਮੇਰੀ ਲੁੱਕ, ਕਿਉਂਕਿ ਮੈਨੂੰ ਨਾ ਸਰਦੀ ਜੀ ਬਹੁਤ ਲੱਗਣ ਦੀ, ਕਿਉਂਕਿ ਸਵੇਰੇ ਸਵੇਰੇ ਨਾ ਵੈਨ 'ਚ ਜਦੋਂ ਜਾਈਦਾ ਅਤੇ ਹਵਾ ਜੀ ਲੱਗਦੀ ਹੈ, ਅਤੇ ਮੈਂ ਅੱਜ ਸ਼ੋਲ ਲੈ ਗਈ, ਠੰਡ ਬਹੁਤ ਲੱਗਣ ਦੀ। ਵੈਸੇ ਮੈਂ ਨਹੀਂ ਲੈ ਕੇ ਜਾਣਾ, ਬਟ ਠੰਡ ਲੱਗਣ ਦੀ ਅਤੇ ਮੈਂ ਕਿਹਾ ਚਲੋ ਸ਼ੋਲ ਲੈ ਕੇ ਜਾਂਦੇ ਹਾਂ, ਜਿੰਨਾ ਕਿ ਮੇਰੇ ਸਿਰ ਨੂੰ ਬਹੁਤ ਆਰਾਮ ਜਿਹਾ ਰਿਹਾ, ਹਵਾ ਨਹੀਂ ਲੱਗੀ। ਅਤੇ ਆਹ ਵੇਖੋ, ਮੇਰਾ ਇੱਕ ਸਟੂਡੈਂਟ ਨਾ, ਮੇਰੀ ਇੱਕ ਸਟੂਡੈਂਟ ਮੇਰੇ ਲਈ ਇਹ ਲੈ ਕੇ ਆਈ ਸੀ, ਅਮਰੂਦ ਅਤੇ ਇੱਕ ਸੰਤਰਾ। ਉਹਨਾਂ ਦੇ ਘਰ ਲੱਗਿਆ ਹੋਏਗਾ ਬੂਟਾ, ਤਾਂ ਕਰਕੇ ਸੋ ਸਵੀਟ, ਮੈਨੂੰ ਬਹੁਤ ਵਧੀਆ ਲੱਗਾ। ਅਤੇ ਜਿਹੜੇ ਕਿ ਫਿਰ ਮੈਂ ਕੱਟ ਕੇ ਖਾਧੇ ਵੀ, ਅਤੇ ਬਹੁਤ ਵਧੀਆ ਲੱਗਾ। ਅਤੇ ਆਹ ਵੇਖੋ, ਮੈਂ ਦੱਸ ਰਹੀ ਹਾਂ ਕਿ ਮੇਰੀ ਬੋਤਲ ਦਾ ਜਿਹੜਾ ਢੱਕਣ ਆ ਨਾ, ਉੱਪਰ ਵਾਲਾ ਜਿਹੜਾ ਲੂਜ਼ ਹੋ ਗਿਆ। ਵੈਸੇ ਬੋਤਲ ਬਹੁਤ ਅੱਛੀ ਹੈ, ਵਧੀਆ, ਅੰਦਰੋਂ ਸਟੀਲ ਦੀ ਆ। ਅਤੇ ਇਸ ਤੋਂ ਬਾਅਦ ਆ ਜਾਂਦੇ ਆਪਾਂ ਆਪਣੇ ਕਿਚਨ ਵਿੱਚ। ਸੋਰੀ ਫੋਰ ਦਾ ਬੈਕਗਰਾਊਂਡ ਮਿਊਜ਼ਿਕ, ਮੈਨੂੰ ਲੱਗਣ ਡਿਆ ਕਿ ਪਿੱਛੇ ਨਾ ਬਹੁਤ ਜ਼ਿਆਦਾ ਖੱਟਰ ਪੱਟਰ ਦੀ ਆਵਾਜ਼ ਆ ਰਹੀ ਹੋਏਗੀ ਤੁਹਾਨੂੰ। ਅਤੇ ਉਸ ਤੋਂ ਬਾਅਦ ਰਸੋਈ 'ਚ ਆਉਂਦੇ ਹਾਂ। ਰਸੋਈ 'ਚ ਮੈਂ ਵੇਖਿਆ ਕਿ ਸਬਜ਼ੀ ਬਣੀ ਹੋਈ ਸੀ, ਬਟ ਫੁਲਕੇ ਜਿਹੜੇ ਨਹੀਂ ਬਣੇ ਸੀ। ਅਤੇ ਮੰਮੀ ਕੋਠੇ 'ਤੇ ਧੁੱਪ ਸਿੱਕਣ ਡੇ ਸੀ, ਅਤੇ ਮੈਂ ਸੋਚਿਆ ਕਿ ਇਹ ਜਿਹੜੇ ਆ ਮੇਰੇ ਹਸਬੈਂਡ ਦੀ ਸ਼ੋਪ 'ਤੇ ਸੀ, ਅਤੇ ਫਿਰ ਮੈਂ ਚਲੋ ਫਟਾਫਟ ਆਪਣੇ ਲਈ ਆਟਾ ਗੁੰਨ ਕੇ, ਨਹੀਂ ਆਟਾ ਗੁੰਨਿਆ ਹੀ ਹੋਏਗਾ ਸ਼ਾਇਦ, ਹਾਂ, ਅਤੇ ਮੈਂ ਫਟਾਫਟ ਰੋਟੀਆਂ ਬਣਾ ਲੈਂਦੇ ਹਾਂ। ਭੁੱਖ ਇੰਨੀ ਜ਼ਬਰਦਸਤੀ ਲੱਗੀ ਕਿ ਪੁੱਛੋ ਨੇ। ਅੱਛਾ, ਜਦੋਂ ਆਪਾਂ ਦਵਾਈ ਖਾ ਲੈਂਦੇ ਹਾਂ ਨਾ, ਮੈਡੀਸਿਨ ਲੈ ਲੈਂਦੇ ਹਾਂ ਆਪਣੇ ਖਾਂਸੀ ਅਤੇ ਜ਼ੁਕਾਮ ਦੀ, ਤਾਂ ਉਹਦੇ ਨਾਲ ਨਾ ਪਤਾ ਨਹੀਂ ਬਾਕੀਆਂ ਨੂੰ ਵੀ ਇੱਦਾਂ ਹੁੰਦਾ, ਮੈਨੂੰ ਬਹੁਤ ਭੁੱਖ ਲੱਗਦੀ ਹੈ, ਇੰਨੀ ਜ਼ਿਆਦਾ ਭੁੱਖ ਲੱਗਦੀ ਹੈ, ਬਹੁਤ 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 ਜੀ ਕਰਦਾ ਕਿ ਬਸ ਕੁਛ ਨਾ ਕੁਛ ਖਾਈ ਜਾਈਏ। ਅਤੇ ਇੱਦਾਂ ਵੀ ਹੁੰਦਾ ਹੈ ਕਿ ਆਪਾਂ ਨੂੰ ਘਰ, ਮਤਲਬ ਕੁਛ ਕਈ ਚੀਜ਼ਾਂ ਪਈਆਂ ਹੁੰਦੀਆਂ ਖਾਣ ਵਾਲੀਆਂ, ਘਰ ਸਾਡਾ ਮਨ ਨਹੀਂ ਕਰਦਾ, ਬਟ ਸਕੂਲ ਟਾਈਮ ਬਹੁਤ ਚੀਜ਼ ਕਰਦਾ ਯਾਰ, ਇੰਨਾ ਮਨ ਕਰਦਾ ਹੈ ਖਾਣ ਦਾ, ਕੁਛ ਨਾ ਕੁਛ ਕਿ ਕੁਛ ਨਾ ਕੁਛ ਖਾਂਦੇ ਪੀਂਦੇ ਰਹੀਏ। ਬਟ ਹੁਣ ਇਹਦਾ ਮਤਲਬ ਇਹ ਨਾ ਸਮਝ ਲਿਆ ਕਿ ਮੈਂ ਸਿਰਫ ਖਾਣ ਪੀਣ 'ਚ ਧਿਆਨ ਰੱਖਦੀ ਹਾਂ, ਬੱਚਿਆਂ ਨੂੰ ਪੜ੍ਹਾਉਂਦੀ ਨਹੀਂ, ਪੜ੍ਹਾਉਣ ਦੇ ਨਾਲ ਨਾਲ ਹੀ ਜਿੱਦਾਂ ਹੀ ਰਿਸੈਸ ਹੁੰਦੀ ਹੈ ਅਤੇ ਲੰਚ ਬੋਕਸ ਆਪਾਂ ਖੋਲਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਵੀ ਐਕਸਟਰਾ ਵੀ ਜੀ ਕਰਦਾ ਕਿ ਉਹ ਕੁਛ ਨਾ ਕੁਛ ਖਾਈਏ। ਅਤੇ ਤੁਹਾਨੂੰ ਪਤਾ ਹੀ, ਪਿੱਛੇ ਜੀ ਮੈਂ ਪੈਕਟ ਵਗੈਰਾ ਵੀ ਖਾਣਾ ਸਟਾਰਟ ਕਰ ਦਿੱਤੇ ਬੱਚਿਆਂ ਵਾਲੇ, ਫਿਰ ਮੇਰੀ ਸਡਨਲੀ ਤਬੀਅਤ ਥੋੜ੍ਹੀ ਖਰਾਬ ਹੋ ਗਈ, ਫਿਰ ਮੈਂ ਬੰਦ ਕਰ ਦਿੱਤੇ, ਕਿਉਂਕਿ ਉਹ ਇੰਨੀ ਮਤਲਬ ਹੈਲਥ ਲਈ ਤੁਹਾਨੂੰ ਪਤਾ ਵਧੀਆ ਨਹੀਂ ਹੁੰਦੇ। ਮੈਂ ਆਪਾਂ ਤਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਉਹ ਪੈਕਟਸ ਵਗੈਰਾ ਖਾਣ ਦਿੰਦੇ ਹਾਂ, ਅਗਰ ਖਾਣ ਵੀ ਹੋਏ ਤਾਂ ਹਾਰਡਲੀ ਬਸ ਲੇਜ਼ ਵਗੈਰਾ ਹੀ ਖਾਂਦੇ ਆ, ਅਤੇ ਲੇਜ਼ ਸੇਫ ਹੀ ਹੁੰਦੇ ਆ ਲੇਜ਼, ਬਾਕੀ ਜਿਹੜੇ ਹੁੰਦੇ ਆ ਲਾਲ ਲਾਲ ਰੰਗ ਵਾਲੇ ਜਿਹੜੇ ਪੋਪਕੋਰਨ ਵਗੈਰਾ ਆਉਂਦੇ ਆ, ਪੋਪਸ ਜੇ ਫਨ ਪੋਪਸ ਜੇ ਹੋਰ ਤਰ੍ਹਾਂ ਦੇ ਮਤਲਬ ਆਉਂਦੇ ਆ, ਉਹ ਬਹੁਤ ਹੀ ਖਤਰਨਾਕ ਹੁੰਦੇ ਬੱਚਿਆਂ ਲਈ। ਅਤੇ ਫਰੈਂਡਸ, ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ, ਦੂਜੀ ਵਾਰੀ ਦੇਖ ਰਹੇ ਹੋ, ਤੀਜੀ ਵਾਰੀ ਦੇਖ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ ਵੀਡੀਓ ਨੂੰ। ਅਤੇ ਉਸ ਤੋਂ ਬਾਅਦ ਹਾਂ, ਜਦੋਂ ਮੈਂ ਆ ਜਾਂਦੀ ਹਾਂ ਨਾ, ਮੇਰਾ ਚੇਂਜ ਕਰਨ ਦਾ ਬਿਲਕੁਲ ਵੀ ਮੂਡ ਨਹੀਂ ਹੁੰਦਾ, ਕਿ ਆਉਂਦੇ ਹੀ ਕਈ ਹੁੰਦੇ ਨਾ ਬੜੇ ਐਕਟਿਵ ਹੁੰਦੇ ਆ ਨਾ, ਵੀ ਫਟਾਫਟ ਆ ਕੇ ਪਹਿਲੇ ਚੇਂਜ ਕਰਦੇ ਆ, ਚੇਂਜ ਕਰਨ ਦੇ ਮਾਮਲੇ 'ਚ ਮੇਰਾ ਆ ਕੇ ਨਾ ਜੋ ਵੀ ਪਾਇਆ ਹੁੰਦਾ, ਯੂਨੀਫਾਰਮ 'ਚ ਪਾਈ ਹੁੰਦੀ ਹੈ ਜਾਂ ਕੋਈ ਹੋਰ ਸੂਟ ਵਗੈਰਾ ਪਾਇਆ ਹੁੰਦਾ, ਚੇਂਜ ਕਰਨ ਦਾ ਮਨ ਨਹੀਂ ਕਰਦਾ। ਅਤੇ ਮੈਂ ਪਹਿਲੇ ਬਾਹਾਂ, ਮੇਰਾ ਹਮੇਸ਼ਾ ਘਰ ਮੈਂ ਨਾ ਬਾਹਾਂ ਉੱਪਰ ਨੂੰ ਟੁੰਗ ਕੇ ਫਿਰ ਮੈਂ ਕੰਮ ਕਰਦੀ, ਅਤੇ ਇਹ ਮੈਂ ਜਿਹੜੀ ਜੈਕਟ ਜੀ ਪਾਈ ਹੈ ਨਾ, ਅਤੇ ਜੇ ਮੈਂ ਉੱਪਰ ਟੁੰਗਾਂਗੀ ਤਾਂ ਇਹਦੀ ਜਿਹੜੀ ਬਾਹਾਂ ਨੇ ਖਰਾਬ ਹੋ ਜਾਣਗੀਆਂ, ਮੈਨੂੰ ਚੇਤਾ ਆ ਗਿਆ, ਅਤੇ ਫਿਰ ਜਿਹੜੀ ਮੈਂ ਉੱਪਰ ਨੂੰ ਟੰਗੀਆਂ ਸੀ ਬਾਹਾਂ ਮੈਂ ਨੀਚੇ ਕਰ ਲਈਆਂ। ਅਤੇ ਫਟਾਫਟ ਬਣਾ ਲਾਂਗੇ ਫੁਲਕੇ, ਅਤੇ ਜਦੋਂ ਇੰਨੀ ਜ਼ਿਆਦਾ ਤੇਜ਼ ਭੁੱਖ ਲੱਗੀ ਹੋਏ, ਰੋਟੀ ਖਾਣ ਦਾ ਮਜ਼ਾ ਹੀ ਵੱਖਰਾ, ਔਰ ਉਹ ਵੀ ਸਬਜ਼ੀ ਹੋਏ ਕੋਈ ਸੁੱਕੀ, ਕਿਉਂਕਿ ਮੈਨੂੰ ਤਰੀ ਵਾਲੀਆਂ ਅਤੇ ਦਾਲਾਂ ਬਿਲਕੁਲ ਨਹੀਂ ਪਸੰਦ, ਜੋ ਕਿ ਸਾਡੇ ਘਰ ਜ਼ਿਆਦਾ ਬਣਦੀਆਂ, ਕਿਉਂਕਿ ਹਸਬੈਂਡ ਨੂੰ ਵੀ ਜ਼ਿਆਦਾ ਦਾਲ ਤਰੀ ਵਾਲੀਆਂ ਲਿਕੁਅਡ ਅਤੇ ਦਾਲਾਂ ਪਸੰਦ ਨੇ, ਬੱਚਿਆਂ ਨੂੰ ਵੀ। ਹਾਂ, ਯੁਵਰਾਜ ਦਾ ਟੇਸਟ ਮੇਰਾ ਵਰਗਾ ਹੈ, ਉਹ ਸਬਜ਼ੀ ਪਸੰਦ ਕਰਦਾ ਹੈ, ਅਤੇ ਸਬਜ਼ੀ ਹਰ ਟਾਈਮ ਨਹੀਂ ਨਾ ਖਾ ਸਕਦੇ, ਮੁਸ਼ਕਲ ਇਹ ਹੈ, ਪਰ ਜਦੋਂ ਬਣੀ ਹੋਏ ਨਜ਼ਾਰਾ ਹੀ ਆ ਜਾਂਦਾ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਠੀਕ ਹੈ। ਅਤੇ ਨਾ ਛੋਟੀ ਜਿਹੀ ਵੀਡੀਓ ਹੈ, ਜ਼ਿਆਦਾ ਲੈਂਥ ਹੀ ਨਹੀਂ ਆ, ਕਿਉਂਕਿ ਬਹੁਤ ਦਿਨ ਹੋ ਗਿਆ ਕਿ ਮੈਂ ਵਲੌਗ ਨਹੀਂ ਸ਼ੂਟ ਕੀਤਾ,
ਲਾਈਵ ਕਰਨ ਦੀ ਹੀ ਲਾਲਚ ਦੇ ਚੱਕਰ 'ਚ ਕਿ ਵਿਊਜ਼ ਆਉਣ ਡੇ ਆ, ਅਤੇ ਚਲੋ ਵਾਚ ਟਾਈਮ ਪੂਰਾ ਹੈਗਾ ਬਿਨਾਂ ਮਿਹਨਤ ਤੋਂ, ਬਟ ਇੱਦਾਂ ਹੁੰਦਾ ਨਹੀਂ ਕਿ ਬਿਨਾਂ ਮਿਹਨਤ ਤੋਂ ਸਾਨੂੰ ਕੁਛ ਮਿਲ ਜੇ। ਫਿਲਹਾਲ ਅੱਜ ਕੱਲ੍ਹ ਦੇ ਕੰਪਟੀਸ਼ਨ ਦੇ ਟਾਈਮ 'ਚ ਤਾਂ ਮਿਹਨਤ ਕਰਕੇ ਵੀ ਕੁਛ ਮਿਲ ਜੇ ਬਹੁਤ ਗੱਲ ਆ, ਮਿਹਨਤ ਕਰਨ ਲਈ ਤਾਂ ਬੰਦਾ ਰਾਜ਼ੀ ਹੋ ਹੀ ਜਾਂਦਾ, ਐਡੀ ਵੀ ਗੱਲ ਨਹੀਂ, ਬਟ ਮਿਹਨਤ ਦਾ ਫਲ ਜਿਹੜਾ ਬਹੁਤ ਹੀ ਟਾਈਮ ਬਾਅਦ ਮਿਲਦਾ, ਬਹੁਤ ਟਾਈਮ ਬਾਅਦ, ਬਹੁਤ ਟਾਈਮ ਬਾਅਦ, ਠੀਕ ਹੈ। ਖੈਰ ਸਾਨੂੰ ਰੁਕਣਾ ਨਹੀਂ ਆ, ਜ਼ਿੰਦਗੀ ਮਿਲੀ ਹੈ ਇੱਕੋ ਹੀ, ਆਪਾਂ ਹੱਥ ਜੋੜ ਕੇ ਬਹਿ ਨਹੀਂ ਸਕਦੇ, ਆਪਾਂ ਕੁਛ ਨਾ ਕੁਛ ਕਰਦੇ ਰਹਾਂਗੇ, ਹੈ ਨਾ। ਅਤੇ ਹਾਂਜੀ, ਸੋਚ ਰਹੀ ਸੀਗੀ ਵਲੋਗ ਸ਼ੂਟ ਕੀਤੇ ਕਾਫੀ ਦਿਨ ਹੋ ਗਏ ਆ, ਅਤੇ ਕੰਮ ਕਾਰ ਦਾ ਤਾਂ ਮੇਰਾ ਐਵੇਂ ਆ ਕਿ ਜਿਵੇਂ ਦਾ ਮੈਂ ਜੋਬ ਜਦੋਂ ਦੀ ਮੈਂ ਜੁਆਇਨ ਕੀਤੀ ਆ, ਕੰਮ ਕਾਰ ਮੈਂ ਇੰਨੇ ਸਹੀ ਤਰੀਕੇ ਨਾਲ ਕਰ ਨਹੀਂ ਪਾ ਰਹੀ ਹੈ। ਜਦੋਂ ਵੀ ਟਾਈਮ ਮਿਲਦਾ ਮੈਂ ਉਦੋਂ ਹੀ ਕਰਨੀ ਆ, ਜਦੋਂ ਟਾਈਮ ਮਿਲਦਾ ਆ ਕੇ ਕਈ ਵਾਰੀ ਕਰਨੀ ਆ, ਕਈ ਵਾਰੀ ਜਾਣ ਲੱਗੀਆਂ ਕਰਨੀ ਆ, ਮਤਲਬ ਮੇਰੀ ਲਾਈਫ ਨਾ ਹੋਚ ਪੋਚ ਜੀ ਰਹਿੰਦੀ ਹੈ, ਬਟ ਬਿਜ਼ੀ ਮਤਲਬ ਵਧੀਆ ਹੈ, ਵਧੀਆ ਰਹਿੰਦੀ ਹੈ, ਠੀਕ ਹੈ, ਵਧੀਆ। ਮਤਲਬ ਹੋਚ ਪੋਚ ਮੀਨਸ ਇਹ ਨਹੀਂ ਆ ਕਿ ਦੁਖੀ ਹੋ ਗਈ ਲਾਈਫ ਜਾਂ ਕੁਛ ਡਿਸਟਰਬ ਹੋ ਗਈ, ਨਹੀਂ, ਲਾਈਫ ਬਿਲਕੁਲ ਸੈੱਟ ਹੋਣ ਡਈ ਆ, ਬਟ ਹੋਚ ਪੋਚ ਹੀ ਰਹਿੰਦਾ। ਸਵੇਰੇ ਦੇ ਟਾਈਮ 'ਤੇ ਮੇਰੀ ਇੰਨੀ ਦੌੜਾਂ ਲੱਗਦੀਆਂ ਕਿ ਪੁੱਛੋ ਕੁਛ ਨਾ, ਇਹਦੇ ਵਿੱਚ ਥੋੜ੍ਹਾ ਵਲੋਗ ਸ਼ੂਟ ਕਰਨਾ ਮੁਸ਼ਕਿਲ ਹੋ ਜਾਂਦਾ, ਬਟ ਕਰਨਾ ਤਾਂ ਹੈ ਹੀ ਆ। ਖੈਰ ਇਸੇ ਆਸ ਵਿੱਚ ਕਿ ਆਪਣਾ ਹੋਚ ਪੋਚ ਜਿਹੜਾ ਮੇਰਾ ਸਹੀ ਹੋਏਗਾ, ਮਤਲਬ ਮੇਰੀ ਰੂਟੀਨ ਸੈੱਟ ਹੋਏਗੀ, ਇਸੇ ਆਸ ਵਿੱਚ ਨਵਾਂ ਤੋਂ ਨਵਾਂ ਵਲੋਗ ਬਣਾਉਂਦੀ ਜਾਵਾਂਗੀ ਹੁਣ ਫਿਰ। ਅਤੇ ਬਸ ਹੁਣ ਫੁਲਕੇ ਮੇਰੇ ਬਣ ਗਏ, ਇਹਨਾਂ ਨੂੰ ਲਾ ਦਾਂਗੀ ਘਿਓ, ਅਤੇ ਬਸ ਅੱਜ ਦੇ ਵਲੋਗ ਵਿੱਚ ਇੰਨਾ ਹੀ, ਮਿਲੂੰਗੀ ਤੁਹਾਨੂੰ ਅਗਲੇ ਵਲੋਗ ਵਿੱਚ, ਤਦ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ, ਅਤੇ ਵਲੋਗ ਲਾਈਕ ਕਰ ਦਿਓ।